ਪਤਨੀ ਦੀ ਬੇਵਫਾਈ ਤੋਂ ਤੰਗ ਆ ਕੇ ਜਲੰਧਰ ਵਾਸੀ 30 ਸਾਲਾ ਨੌਜਵਾਨ ਮਨਜੋਤ ਨੇ ਕੈਨੇਡਾ ਦੇ ਇੱਕ ਬ੍ਰਿਜ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਕੈਨੇਡਾ ਪੁਲਿਸ ਲੜਕੇ ਦੀ ਲਾਸ਼ ਨੂੰ ਨਹੀਂ ਲੱਭ ਪਾਈ। ਭਾਰਤ ਵਿੱਚ ਲੜਕੇ ਦਾ ਪਰਿਵਾਰ ਅੰਤਿਮ ਰਸਮਾਂ ਦੇ ਲਈ ਮ੍ਰਿਤਕ ਦੇਹ ਦਾ ਇੰਤਜ਼ਾਰ ਕਰ ਰਿਹਾ ਹੈ। ਇੱਕ ਮਾਂ ਦੀ ਕੀ ਡਿਮਾਂਡ ਹੋਣੀ ਚਾਹੀਦੀ? ਉਹਦਾ ਪੁੱਤ ਘੱਟੋ ਘੱਟ ਉਹਦੀ ਬੋਡੀ ਤਾਂ ਵੇਚ ਜਾਵੇ, ਮੇਰੇ ਬੱਚੇ ਦੀ ਘੱਟੋ ਘੱਟ ਮੈਂ ਆਪਣੇ ਬੱਚੇ ਨੂੰ ਆਖਰੀ ਵਾਰ ਦੇਖ ਸਕਾਂ। ਜਿਸ ਕੁੜੀ ਕਰਕੇ ਮੇਰਾ ਬੱਚਾ ਚਲ ਗਿਆ ਉਹਨੂੰ ਜ਼ਰੂਰ ਸਜ਼ਾ ਮਿਲੇ। ਮੈਂ ਦਿਲੋਂ ਜਾਂਦੀ ਹਾਂ ਉਹਨੂੰ ਜ਼ਰੂਰ ਸਜ਼ਾ ਮਿਲੇ, ਦਿਲੋਂ ਜਾਂਦੀ ਹਾਂ ਮੈਂ।